ਕਿ ਮੈਂ ਜਾਟ ਮਹਾਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੰਦੀ ਹਾਂ, ਮੈਂ ਇਹੋ ਜਿਹੀ ਪ੍ਰਧਾਨਗੀ ਨੂੰ ਕੀ ਕਰਨਾ ਜਿਹੜੀ ਅੱਜ ਮੇਰੇ ਕਿਸਾਨਾਂ ਦੇ ਨਾਲ ਬਾਰਡਰਾਂ ਦੇ ਉੱਤੇ ਨਹੀਂ ਖੜੀ। ਇਹ ਬਿਆਨ ਹੀ ਹੈ ਜਾਂ ਆਫੀਸ਼ੀਅਲ ਲਿਖ ਕੇ ਤੁਸੀਂ ਅਸਤੀਫਾ ਭੇਜ ਦੋਗੇ? ਮੈਂ ਆਫੀਸ਼ੀਅਲ ਲਿਖ ਕੇ ਅਸਤੀਫਾ ਭੇਜ ਦੂੰਗੀ, ਠੀਕ ਹੈ। ਕਈ ਵਾਰ ਹੁੰਦਾ ਨਾ ਕਿ ਇੰਟਰਵਿਊ 'ਚ ਕਹਿ ਦਿੱਤਾ ਕਿ ਮੈਂ ਅਸਤੀਫਾ ਦੇ ਦਾਂਗੀ, ਨਹੀਂ, ਬਾਅਦ ਵਿੱਚ ਮਨਾ ਲਿੱਤਾ ਜਾਂਦਾ ਜਾਂ ਕਰ ਲਿੱਤਾ ਜਾਂਦਾ। ਪ੍ਰਧਾਨ ਨੂੰ ਤੁਸੀਂ ਅਸਤੀਫਾ ਹੁਣੇ ਮੈਸੇਜ ਕਰਕੇ ਭੇਜ ਸਕਦੇ? ਮੈਂ ਭੇਜ ਸਕਦੀ ਹਾਂ, ਭੇਜ ਕੇ ਰੱਖੋ। ਅਜਿਹਾ ਹੁੰਦਾ ਨਾ ਕਈ ਵਾਰ ਕਿ ਇੰਟਰਵਿਊ 'ਚ ਕਹਿ ਦਿੱਤੀਆਂ ਜਾਂਦੀਆਂ ਗੱਲਾਂ ਲੇਕਿਨ ਬਾਅਦ ਵਿੱਚ ਕਿਹਾ ਨਹੀਂ ਜਾਂਦਾ। ਇਹ ਦੇਖ ਲਓ ਕਿਤੇ ਬਾਅਦ ਵਿੱਚ ਤੁਹਾਨੂੰ ਇਹ ਨਾ ਹੋਵੇ ਕਿ ਮਨਾ ਲਿੱਤਾ ਜਾਵੇ ਜਾਂ ਕਹਿ ਦਿੱਤਾ ਜਾਵੇ। ਮੈਨੂੰ ਜਾਟ ਮਹਾਸਭਾ ਦੀ ਪ੍ਰਧਾਨ ਹੋਣ ਦੇ ਨਾਤੇ ਵੀ ਅੱਜ ਮੈਨੂੰ ਆਪਣੇ ਆਪ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਮੈਂ ਜਾਟ ਮਹਾਸਭਾ ਦੇ ਪ੍ਰਧਾਨਾਂ ਨੂੰ ਫੋਨ ਕੀਤਾ, ਮੈਂ ਕਿਹਾ ਵੀ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਹਜੇ ਤੱਕ? ਉਹ ਕਹਿੰਦੇ ਅਸੀਂ SKM ਦੇ ਨਾਲ ਹਾਂ। ਅਤੇ ਮੈਂ ਤਾਂ ਕਿਸੇ ਦੇ ਨਾਲ ਨਹੀਂ, ਮੈਂ ਆਪਣੇ ਕਿਸਾਨਾਂ ਦੇ ਨਾਲ ਹਾਂ, ਮੈਂ ਆਪਣੇ ਬਜ਼ੁਰਗਾਂ ਦੇ ਨਾਲ ਹਾਂ, ਮੈਨੂੰ ਇਹੋ ਜਿਹੀ ਪ੍ਰਧਾਨਗੀ ਨਹੀਂ ਚਾਹੀਦੀ। ਫਿਰ ਤੁਸੀਂ ਜਾਟ ਮਹਾਸਭਾ 'ਚ ਕਰ ਕੀ ਰਹੇ? ਮੈਂ ਅਸਤੀਫਾ ਦੇ ਰਹੀ ਹਾਂ ਤੁਹਾਡੇ ਸਾਹਮਣੇ, ਮੈਨੂੰ ਨਹੀਂ ਲੋੜ ਜਾਟ ਮਹਾਸਭਾ ਦੀ। ਇਹ ਤਾਂ ਤੁਸੀਂ ਭਾਵੁਕ ਹੋ ਕੇ ਕਹਿ ਰਹੇ ਹੋ, ਮੈਂ ਆਫੀਸ਼ੀਅਲ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਮੈਂ ਅਸਤੀਫਾ ਦੇ ਦਿੱਤਾ, ਕਿਵੇਂ ਅਸਤੀਫਾ ਦੇ ਦਿੱਤਾ? ਵੇਖੋ ਮੇਰੀ ਗੱਲ ਸੁਣੋ, ਜਾਟ ਮਹਾਸਭਾ ਦੀ ਪ੍ਰਧਾਨ ਮੈਨੂੰ ਬਣਾਇਆ ਗਿਆ, ਮੈਂ ਬਣੀ, ਮੈਨੂੰ ਦਾਰਾ ਸਿੰਘ ਦੀ ਫੈਮਿਲੀ ਨੇ ਕਿਹਾ ਸੀਗਾ, ਠੀਕ ਹੈ। ਮੈਨੂੰ ਦਾਰਾ ਜੀ ਦੇ ਛੋਟੇ ਬੇਟੇ ਅਨੂ ਨੇ ਕਿਹਾ ਸੀਗਾ, ਅਮਰੀਕ ਨੇ, ਕਿ ਜਾਟ ਮਹਾਸਭਾ ਦੀ ਪ੍ਰਧਾਨ ਬਣਨ ਵਾਸਤੇ, ਕਿਉਂਕਿ ਦਾਰਾ ਸਿੰਘ ਜੀ ਜਾਟ ਮਹਾਸਭਾ ਦੇ ਪ੍ਰਧਾਨ ਸੀਗੇ। ਔਰ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕਿਸਾਨ ਲੀਡਰ ਸੀਗੇ, ਜਿਵੇਂ ਛੋਟੂ ਰਾਮ ਜੀ ਦਾ ਜ਼ਿਕਰ ਕੀਤਾ ਜਾਵੇ, ਹੈ ਨਾ, ਔਰ ਉਹ ਸਾਰੇ ਜਾਣੇ ਜਾਟ ਮਹਾਸਭਾ ਦੇ ਵਿੱਚ ਸੀਗੇ। ਤੁਸੀਂ ਵੇਖਿਆ ਯੂਪੀ ਦੇ ਵਿੱਚ ਜਾਟ ਮਹਾਸਭਾ ਆ, ਹਰਿਆਣੇ ਦੇ ਵਿੱਚ ਹੈ, ਬਟ ਮੈਨੂੰ ਜਾਟ ਮਹਾਸਭਾ ਦੀ ਪ੍ਰਧਾਨ ਹੋਣ ਦੇ ਨਾਤੇ ਵੀ ਅੱਜ ਮੈਨੂੰ ਆਪਣੇ ਆਪ 'ਤੇ ਸ਼ਰਮ ਮਹਿਸੂਸ ਹੁੰਦੀ ਹੈ, ਕਿਉਂਕਿ ਮੈਂ ਕਾਹਦੀ ਪ੍ਰਧਾਨ ਆ? ਇਹੋ ਜਿਹੀ ਪ੍ਰਧਾਨਗੀ ਨੂੰ ਮੈਂ ਕੀ ਕਰਨਾ ਆ? ਮੈਂ ਜਾਟ ਮਹਾਸਭਾ ਦੇ ਪ੍ਰਧਾਨਾਂ ਨੂੰ ਫੋਨ ਕੀਤਾ, ਮੈਂ ਕਿਹਾ ਵੀ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਹਜੇ ਤੱਕ? ਉਹ ਕਹਿੰਦੇ ਅਸੀਂ SKM ਦੇ ਨਾਲ ਹਾਂ। ਅਤੇ ਮੈਂ ਤਾਂ ਕਿਸੇ ਦੇ ਨਾਲ ਨਹੀਂ ਹਾਂ, ਮੈਂ ਆਪਣੇ ਕਿਸਾਨਾਂ ਦੇ ਨਾਲ ਹਾਂ, ਮੈਂ ਆਪਣੇ ਬਜ਼ੁਰਗਾਂ ਦੇ ਨਾਲ ਹਾਂ, ਮੈਨੂੰ ਇਹੋ ਜਿਹੀ ਪ੍ਰਧਾਨਗੀ ਨਹੀਂ ਚਾਹੀਦੀ। ਫਿਰ ਤੁਸੀਂ ਜਾਟ ਮਹਾਸਭਾ 'ਚ ਕਰ ਕੀ ਰਹੇ ਹੋ? ਮੈਂ ਅਸਤੀਫਾ ਦੇਣੀ ਹੈ ਤੁਹਾਡੇ ਸਾਹਮਣੇ, ਮੈਨੂੰ ਨਹੀਂ ਲੋੜ ਜਾਟ ਮਹਾਸਭਾ ਦੀ। ਇਹ ਤਾਂ ਤੁਸੀਂ ਭਾਵੁਕ ਹੋ ਕੇ ਕਹਿ ਰਹੇ ਹੋ, ਆਫੀਸ਼ੀਅਲ ਥੋੜੀ ਅਸਤੀਫਾ ਦਿਓਗੇ? ਮੈਂ ਆਫੀਸ਼ੀਅਲ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਮੈਂ ਅਸਤੀਫਾ ਦੇ ਦਿੱਤਾ, ਮੈਂ ਕਿਵੇਂ ਅਸਤੀਫਾ ਦੇ ਦੋਗੇ ਤੁਸੀਂ? ਵੇਖੋ ਮੇਰੀ ਗੱਲ ਸੁਣੋ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਡੇ ਸਾਹਮਣੇ ਕਹਿ ਰਹੀ ਹਾਂ ਅੱਜ ਕਿ ਮੈਂ ਜਾਟ ਮਹਾਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੰਦੀ ਹਾਂ, ਮੈਂ ਇਹੋ ਜਿਹੀ ਪ੍ਰਧਾਨਗੀ ਨੂੰ ਕੀ ਕਰਨਾ ਜਿਹੜੀ ਅੱਜ ਮੇਰੇ ਕਿਸਾਨਾਂ ਦੇ ਨਾਲ ਬਾਰਡਰਾਂ ਦੇ ਉੱਤੇ ਨਹੀਂ ਖੜੀ। ਇਹ ਬਿਆਨ ਹੀ ਹੈ ਜਾਂ ਆਫੀਸ਼ੀਅਲ ਲਿਖ ਕੇ ਤੁਸੀਂ ਅਸਤੀਫਾ ਭੇਜੋਗੇ? ਮੈਂ ਆਫੀਸ਼ੀਅਲ ਲਿਖ ਕੇ ਅਸਤੀਫਾ ਭੇਜ ਦੂੰਗੀ। ਮੈਂ ਤੁਹਾਨੂੰ ਕਹਿ ਰਹੀ ਹਾਂ, ਮੈਂ ਜੋ ਕਿਹਾ ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਕੀਤਾ ਆ, ਠੀਕ ਹੈ। ਕਈ ਵਾਰ ਹੁੰਦਾ ਨਾ ਕਿ ਇੰਟਰਵਿਊ 'ਚ ਕਹਿ ਦਿੱਤਾ ਕਿ ਮੈਂ ਅਸਤੀਫਾ ਦੇ ਦਾਂਗੀ, ਨਹੀਂ, ਬਾਅਦ ਵਿੱਚ ਮਨਾ ਲਿੱਤਾ ਜਾਂਦਾ ਜਾਂ ਕਰ ਲਿੱਤਾ ਜਾਂਦਾ, ਇਹ ਗੱਲ ਨਹੀਂ ਹੈਗੀ, ਮਨਾਉਣ ਦੀ ਗੱਲ ਹੀ ਨਹੀਂ ਹੈਗੀ ਇਹਦੇ ਵਿੱਚ। ਵੇਖੋ ਮੈਂ ਸਾਰੇ, ਮੈਂ ਜਿੰਨੇ ਵੀ ਜਾਟ ਭਾਈਚਾਰਾ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ, ਮੈਂ ਬਹੁਤ ਇੱਜ਼ਤ ਕਰਦੀ ਹਾਂ ਉਹਨਾਂ ਦੀ, ਉਹਨਾਂ ਨੇ ਮੈਨੂੰ ਬਹੁਤ ਰਿਸਪੈਕਟ ਦਿੱਤੀ ਹੈ, ਠੀਕ ਹੈ, ਅੱਜ ਤੱਕ। ਬਟ ਗੱਲ ਇਹ ਹੈ ਵੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਜਦੋਂ ਸਾਡੇ ਕਿਸਾਨਾਂ ਨੂੰ ਲੋੜ ਹੈ, ਉਹ ਵੀ ਤਾਂ ਜੱਟ ਆ ਨਾ, ਬੈਠੇ ਆਪਣੀਆਂ ਜ਼ਮੀਨਾਂ ਕਰਕੇ ਬੈਠੇ ਹਨ, ਅਤੇ ਅੱਜ ਆਪਾਂ ਕਿਉਂ ਰੁਕੇ ਪਏ ਹਾਂ, ਆਪਾਂ ਕਿਉਂ ਨਹੀਂ ਜਾਂਦੇ ਪਏ ਉੱਥੇ? ਮੈਂ ਹਮੇਸ਼ਾ ਇਹਨਾਂ ਤੋਂ ਐਕਸਪੈਕਟ ਕੀਤਾ ਹੈ ਕਿ ਇਹ ਕੋਈ ਡਿਸੀਜਨ ਮੇਕਿੰਗ ਲੈਣਗੇ, ਇਹ ਜਾਣਗੇ, ਠੀਕ ਹੈ, ਔਰ ਮੈਨੂੰ ਇਸ ਗੱਲ ਦੇ ਉੱਤੇ ਨਹੀਂ ਸੈਟੀਸਫੈਕਸ਼ਨ ਹੁੰਦੀ। ਕਦੀ ਮੀਟਿੰਗ 'ਚ ਜਾਟ ਮਹਾਸਭਾ ਦੀ ਗੱਲ ਰੱਖੀ ਹੈ? ਮੈਂ ਰੱਖੀ ਹੈ, ਮੈਂ ਜਾਟ ਮਹਾਸਭਾ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹੀ ਸੀ। ਪ੍ਰਧਾਨ ਨੂੰ ਤੁਸੀਂ ਅਸਤੀਫਾ ਹੁਣੇ ਮੈਸੇਜ ਕਰਕੇ ਭੇਜ ਸਕਦੇ ਹੋ? ਮੈਂ ਭੇਜ ਸਕਦੀ ਹਾਂ, ਭੇਜ ਕੇ ਦਿਖਾਓ। ਅਜਿਹਾ ਹੁੰਦਾ ਨਾ ਕਈ ਵਾਰ ਕਿ ਇੰਟਰਵਿਊ 'ਚ ਕਹਿ ਦਿੱਤੀਆਂ ਜਾਂਦੀਆਂ ਗੱਲਾਂ ਲੇਕਿਨ ਬਾਅਦ ਵਿੱਚ ਕਿਹਾ ਨਹੀਂ ਜਾਂਦਾ। ਇਹ ਦੇਖ ਲਓ ਕਿਤੇ ਬਾਅਦ ਵਿੱਚ ਤੁਹਾਨੂੰ ਇਹ ਨਾ ਹੋਵੇ ਕਿ ਮਨਾ ਲਿੱਤਾ ਜਾਵੇ ਜਾਂ ਕਹਿ ਦਿੱਤਾ ਜਾਵੇ। ਸਾਡੇ ਪ੍ਰਧਾਨ ਹਰਪਾਲ ਸਿੰਘ ਜੀ ਹੈ। ਅਗਲੇ ਪੁੱਛਣਗੇ ਰੀਜ਼ਨ ਕੀ ਹੈ? ਰੀਜ਼ਨ ਇਹੀ ਹੈ। ਕੀ ਰੀਜ਼ਨ ਹੈ? ਇੰਟਰਵਿਊ 'ਚ ਭਾਵੁਕ ਹੋ ਕੇ ਰੀਜ਼ਨ ਹੈ ਜਾਂ ਕੀ ਰੀਜ਼ਨ ਹੈ ਕਿ ਅਸਤੀਫਾ ਦੇਣ ਲੱਗੇ ਹੋ? ਮੈਂ ਇੰਟਰਵਿਊ 'ਚ ਭਾਵੁਕ ਹੋ ਕੇ ਨਹੀਂ ਇਹ ਅਸਤੀਫਾ ਦੇ ਰਹੀ, ਇਹਦੇ ਵਿੱਚ ਰੀਜ਼ਨ ਇਹੀ ਹੈ ਕਿ ਮੈਂ ਜੇ ਇੱਕ ਕੁੜੀ ਹੋ ਕੇ
ਆਪਣੇ ਬਜ਼ੁਰਗਾਂ ਦੇ ਨਾਲ ਉੱਥੇ ਜਾ ਕੇ ਖੜ੍ਹ ਸਕਦੀ ਹਾਂ ਉਹਨਾਂ ਦੀ ਕੌਲ ਦੇ ਉੱਤੇ। ਮੈਂ ਇੱਕੋ ਗੱਲ ਕਹੀ ਉਹਨਾਂ ਨੂੰ ਵੀ ਤੁਹਾਨੂੰ ਵੀ ਅੱਜ ਉੱਥੇ ਹੋਣਾ ਚਾਹੀਦਾ ਆ। ਆਪਾਂ ਇਕੱਲੇ ਅਖਬਾਰਾਂ ਦੇ ਵਿੱਚ ਬਿਆਨ ਦੇਣ ਦੇ ਨਾਲ ਇਸ ਚੀਜ਼ ਨੂੰ ਪ੍ਰੂਵ ਨਹੀਂ ਕਰ ਸਕਦੇ, ਠੀਕ ਹੈ। ਮੈਂ ਸਾਰੇ ਜਾਟ ਭਾਈਚਾਰੇ ਨੂੰ ਇਹ ਗੱਲ ਕਹੂੰਗੀ ਵੀ ਤੁਹਾਨੂੰ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਆ। ਤੁਹਾਨੂੰ ਇਹ ਨਹੀਂ ਵੇਖਣਾ ਚਾਹੀਦਾ ਕਿ ਤੁਹਾਨੂੰ ਕੋਈ ਕੌਣ ਤੁਹਾਨੂੰ ਬੁਲਾ ਰਿਹਾ, ਕੌਣ ਨਹੀਂ। ਇਹ ਸਾਡਾ ਖੁਦ ਦਾ ਜ਼ਮੀਰ ਜਾਗਦਾ ਇਸ ਟਾਈਮ ਦੇ ਉੱਤੇ ਵੀ ਸਾਨੂੰ ਉਸ ਪ੍ਰਧਾਨ ਨੂੰ ਫੋਨ ਕਰਕੇ ਜਾਂ ਮੈਸੇਜ ਕਰੋ ਕਿ ਮੈਂ ਅਸਤੀਫਾ ਦੇ ਰਹੀ ਹਾਂ। ਮੈਂ ਮੈਸੇਜ ਕਰ ਦਿੰਦੀ, ਮੈਂ ਫੋਨ ਕਰ ਲੂੰਗੀ ਉਹਨਾਂ ਨੂੰ। ਇਹੀ ਵਜ੍ਹਾ ਕਿਸਾਨ ਅੰਦੋਲਨ ਹੀ ਵਜ੍ਹਾ ਵੈ ਜਾਂ ਕਿਸੇ ਕਈ ਵਾਰ ਹੁੰਦਾ ਕੋਈ ਸਿਆਸੀ ਪਾਰਟੀ ਅਪਰੋਚ ਕਰਦੀ ਹੈ ਜਾਂ ਸਿਆਸਤ ਦੇ ਵਿੱਚ ਲੋਕ ਸਭਾ ਦੇ ਵਿੱਚ ਲੜਨਾ। ਨਹੀਂ ਵੇਖੋ ਮੇਰੀ ਗੱਲ ਸੁਣੋ, ਜਾਟ ਮਹਾਸਭਾ ਇਹ ਜੀ ਆਰਗਨਾਈਜੇਸ਼ਨ ਹੈ ਜਿਹਦੇ ਵਿੱਚ ਸਾਰੇ ਪਾਰਟੀਆਂ ਦੇ ਬੰਦੇ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਨੇ, ਜਿਹਦੇ ਵਿੱਚ ਕਿਹਨੂੰ ਕਹਿੰਦੇ BJP ਦੇ ਵੀ ਲੋਕ ਨੇ, ਜਿਹਦੇ 'ਚ ਕਾਂਗਰਸ ਦੇ ਵੀ ਲੋਕ ਨੇ, ਠੀਕ ਹੈ। ਇਹ ਜੀ ਆਰਗਨਾਈਜੇਸ਼ਨ ਹੈ ਜਿਹਦੇ ਸਾਰੀਆਂ ਪਾਰਟੀਆਂ ਦੇ ਹੈਗੇ ਆ। ਇਹ ਆਰਗਨਾਈਜੇਸ਼ਨ ਨੂੰ ਨਾ ਇਲੈਕਸ਼ਨ ਲੜਨ ਤੋਂ ਕੋਈ ਮਤਲਬ ਹੈਗਾ, ਨਾ ਕਿਸੇ ਚੀਜ਼ ਤੋਂ ਮਤਲਬ ਹੈਗਾ ਆ, ਠੀਕ ਹੈ। ਇਹ ਜਾਟਾਂ ਦੀ ਆਰਗਨਾਈਜੇਸ਼ਨ ਹੈ, ਠੀਕ ਹੈ। ਬਟ ਮੇਰਾ ਸਿਰਫ ਮੇਰੇ ਦਿਲ ਦੇ ਵਿੱਚ ਇੱਕੋ ਗੱਲ ਦਾ ਰੋਜ਼ ਹੈ ਵੀ ਇਹਨਾਂ ਨੂੰ ਇਸ ਟਾਈਮ ਦੇ ਉੱਤੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਨਾਲ ਹੋਣਾ ਚਾਹੀਦਾ ਸੀਗਾ। ਔਰ 26 ਤਰੀਕ ਨੂੰ ਜਿਹੜੀ ਝਾਕੀ ਨਹੀਂ ਕੱਢੀ ਗਈ ਸਾਡੇ ਪੰਜਾਬ ਦੀ ਦਿੱਲੀ ਦੇ ਵਿੱਚ, ਉਸ ਗੱਲ ਦਾ ਵੀ ਮੈਨੂੰ ਸੀਗਾ ਕੋਈ ਨਾ ਕੋਈ ਗੱਲ ਚੁੱਕੂਗਾ, ਕੋਈ ਨਾ ਕੋਈ ਗੱਲ ਕਰੂਗਾ। ਗੱਲਾਂ ਵੇਖੋ ਬਹੁਤ ਸਾਰੀਆਂ ਦਿਲ ਦੇ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹੌਲੀ ਹੌਲੀ ਕੋਈ ਨਾ ਕੋਈ ਗੱਲ ਕਰੂਗਾ, ਬਟ ਹਜੇ ਤੱਕ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ। ਔਰ ਸਭ ਤੋਂ ਵੱਡੀ ਮੈਨੂੰ ਇਸ ਗੱਲ ਦਾ ਵੀ ਰੋਸ ਹੈਗਾ ਆ ਕਿ ਮੇਰੇ ਨਾਲ ਜਿਹੜੇ ਜਾਟ ਮਹਾਸਭਾ ਦੇ ਪ੍ਰਧਾਨ ਨੇ, ਮਤਲਬ ਯੂਥ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਦੇ ਫਾਦਰ ਕਿਸਾਨਾਂ ਦੇ ਖਿਲਾਫ਼ ਬੋਲ ਰਹੇ ਨੇ। ਮੈਂ ਇਹ ਗੱਲਾਂ ਨਹੀਂ ਸਹਿਨ ਕਰ ਸਕਦੀ। ਮਿਸਟਰ ਬਾਜਵਾ ਦੀ ਗੱਲ ਕਰ ਰਹੇ, ਹਾਂ, ਉਹ ਕਿਸਾਨਾਂ ਦੇ ਖਿਲਾਫ਼ ਬੋਲ ਰਹੇ ਨੇ। ਮੈਨੂੰ ਕਿੱਥੋਂ ਇਹ ਹਜ਼ਮ ਹੋਣੀ ਹੈ ਜਦੋਂ ਮੈਂ ਖੁਦ ਆਪਣੇ ਹੱਡ ਬੀਤੀ ਉੱਥੇ ਕਿਸਾਨਾਂ ਦੇ ਨਾਲ ਖਲੋ ਕੇ ਸਾਰਾ ਕੁਛ ਵੇਖ ਕੇ ਆਈ ਹਾਂ। ਮੈਨੂੰ ਪਤਾ ਆ ਵੀ ਉਹ ਨਹੀਂ ਉਹਨਾਂ ਨੂੰ ਕੁਛ ਵੀ ਕਹਿ ਰਹੇ, ਅਤੇ ਤੁਸੀਂ ਇਹ ਬਿਆਨ ਦੇ ਰਹੇ ਹੋ ਕਿ ਕਿਸਾਨ ਪਹਿਲੋਂ ਹੁੱਲੜਬਾਜ਼ੀ ਕਰਦੇ ਹੋਣਗੇ ਅਤੇ ਉਹਨਾਂ ਨੇ ਕਰਨਾ ਹੀ ਆ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬਿਆਨ ਦੇਣ ਲੱਗਿਆਂ। ਮੈਂ ਇਹੋ ਜਿਹੇ ਮਾਹੌਲ ਦੇ ਵਿੱਚ ਕਿਵੇਂ ਰਹਿ ਲਾਂ? ਇਹ ਫਤਿਹ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ, ਹਾਂ, ਇੱਕ ਮੇਰੇ ਜਿਹੜੇ ਮੇਰੇ ਨਾਲ ਯੂਥ ਪ੍ਰਧਾਨ ਨੇ ਉਹਨਾਂ ਦੇ ਫਾਦਰ ਨੇ ਬਿਆਨ ਦਿੱਤੇ ਨੇ। ਮੈਨੂੰ ਦੱਸਿਆ ਕਿਸੇ ਨੇ ਵੀ ਇਹ ਉਹਨਾਂ ਦੇ ਬਿਆਨ ਨੇ, ਔਰ ਮੈਨੂੰ ਇਹ ਗੱਲ ਦੱਸੀ ਗਈ, ਮੈਨੂੰ ਨਹੀਂ ਚੰਗੀ ਲੱਗੀ, ਕਿਉਂਕਿ ਮੈਂ ਜੇ ਜਾਂ ਤਾਂ ਮੈਂ ਘਰ ਬੈਠੀ ਹੋਵਾਂ, ਮੈਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ। ਜਦੋਂ ਮੈਂ ਖੁਦ ਆਪਣੇ ਅੱਖੀ ਸਾਰਾ ਕੁਛ ਦੇਖਿਆ ਆ, ਉਹ ਮਾਹੌਲ ਨੂੰ ਹੰਢਾਇਆ ਆ, ਅਤੇ ਫਿਰ ਮੈਨੂੰ ਆਪ ਨੂੰ ਗੁੱਸਾ ਨਹੀਂ ਚੜੂਗਾ ਇਸ ਚੀਜ਼ ਦਾ? ਤੁਸੀਂ ਆਪ ਦੱਸੋ। ਮੈਨੂੰ ਲੱਗਦਾ ਵੀ ਜਿਹੜੇ ਵੀ ਇਨਸਾਨ ਦੀ ਜ਼ਮੀਰ ਜਾਗਦੀ ਹੈ ਨਾ, ਉਹਨੂੰ ਗੁੱਸਾ ਚੜੂਗਾ ਇਸ ਕਰਕੇ। ਇਹ ਮੰਨ ਕੇ ਚੱਲੀਏ ਨਿਊਜ਼ 18 'ਤੇ ਤੁਸੀਂ